ਭਾਰਤੀ ਜਨਤਾ ਪਾਰਟੀ ਨੇ ਪੰਜਾਬ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ, ਬੱਸ ਕਿਰਾਏ ਵਿੱਚ 23 ਪੈਸੇ ਫੀ ਕਿਲੋਮੀਟਰ ਵਾਧੇ ਸਮੇਤ ਬਿਜਲੀ ਸਬਸਿਡੀ ਖਤਮ ਕਰਨ ਦੇ ਵਿਰੋਧ ਵਿੱਚ ਪਠਾਨਕੋਟ ਦੇ ਭਗਵਾਨ ਵਾਲਮੀਕ ਚੌਂਕ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵੱਖ ਵੱਖ ਆਗੂਆਂ ਨੇ ਪੰਜਾਬ ਸਰਕਾਰ ਉੱਤੇ ਲੋਕਾਂ ਨਾਲ ਧੋਖਾ ਕਰਨ ਦੇ ਦੋਸ਼ ਲਗਾਏ। ਬੁਲਾਰਿਆਂ ਨੇ ਕਿਹਾ ਕਿ ਇਸ ਕਦਮ ਨਾਲ ਆਪ ਪਾਰਟੀ ਦਾ ਚਿਹਰਾ ਸਾਰਿਆਂ ਦੇ ਸਾਹਮਣੇ ਬੇਨਕਾਬ ਹੋ ਗਿਆ ਏ। ਉਹਨਾਂ ਕਿਹਾ ਕਿ ਸਰਕਾਰ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ, ਜਿਨ੍ਹਾਂ ਵਿੱਚ ਲੋਕਾਂ ਨੂੰ ਸਸਤੀ ਰੇਤਾ ਬਜਰੀ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ, ਜਿਹੜਾ ਪੂਰਾ ਨਾ ਹੋ ਸਕਿਆ। ਬੁਲਾਰੇ ਅਨੁਸਾਰ ਸੂਬਾ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਤੇ ਵਾਰ ਵਾਰ ਵੈਟ ਵਧਾ ਕੇ ਤੇ ਬੱਸਾਂ ਦੇ ਕਿਰਾਏ ਵਿੱਚ ਵਾਧਾ ਕਰਕੇ ਆਮ ਆਦਮੀ ਤੇ ਵਾਧੂ ਬੋਝ ਪਾਇਆ ਏ, ਜਿਹੜਾ ਕਿ ਉਹਨਾਂ ਦੇ ਭਰੋਸੇ ਨਾਲ ਧੋਖਾ ਏ। ਪੰਜਾਬ ਦੇ ਅੰਦਰ ਜਿਹੜਾ ਪੈਟਰੋਲ ਹੈ, ਡੀਜ਼ਲ ਹੈ, ਉਸਦੇ ਰੇਟਾਂ ਵਿੱਚ ਵਾਧਾ ਕੀਤਾ ਗਿਆ ਹੈ ਔਰ ਇਸ ਤੋਂ ਇਲਾਵਾ ਪੰਜਾਬ ਰੋਡਵੇਜ਼ ਜਾਂ ਪੰਜਾਬ ਸਰਕਾਰ ਦੀ ਬੱਸਾਂ ਉਹਨਾਂ ਦੇ ਕਿਰਾਏ ਦੇ ਵਿੱਚ 23 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ। ਇਸ ਤੋਂ ਇਲਾਵਾ ਇਹ ਵੀ ਕੈਬਨਿਟ ਨੇ ਫੈਸਲਾ ਲਿਆ ਕਿ ਜਿਹੜੀ 3 ਰੁਪਏ ਯੂਨਿਟ ਦੇ ਹਿਸਾਬ ਨਾਲ ਸਬਸਿਡੀ ਬਿਜਲੀ ਬੋਰਡ ਵੱਲੋਂ ਮਿਲਦੀ ਸੀਗੀ, ਉਹ ਵੀ ਬਿਜਲੀ ਇਹਨਾਂ ਨੇ ਵਾਪਸ ਲੈ ਲਈ ਹੈ ਔਰ ਅੱਜ ਡੀਜ਼ਲ ਔਰ ਪੈਟਰੋਲ ਦੇ ਰੇਟ ਔਰ ਬੱਸਾਂ ਦੇ ਕਿਰਾਏ ਔਰ ਜਿਸ ਤਰ੍ਹਾਂ ਸਬਸਿਡੀ ਇਹਨਾਂ ਨੇ ਵਾਪਸ ਲਈ ਹੈ। ਇੱਕ ਹੋਰ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ, ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਵੱਡਾ ਬੋਝ ਪਠਾਨਕੋਟ ਦੇ ਪੰਜਾਬ ਦੇ ਲੋਕਾਂ 'ਚ ਪਾਇਆ। ਸੋ ਅੱਜ ਭਾਰਤੀ ਜਨਤਾ ਪਾਰਟੀ ਇਹਦੇ ਪ੍ਰੋਟੈਸਟ ਕਰ ਰਹੀ ਹੈ ਇਹਦੇ ਰੇਟਾਂ ਦੇ ਵਧਾਉਣ ਦੇ ਅਗੇਨਸਟ ਕਿ ਵੱਧ ਜਲਦੀ ਤੋਂ ਜਲਦੀ ਆ ਜਿਹੜੇ ਰੇਟ ਆ ਔਰ ਪੰਜਾਬ ਸਰਕਾਰ ਵਾਪਸ ਲਵੇ। ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਪ੍ਰੋਟੈਸਟ ਕੀਤਾ ਉਹਨਾਂ ਨੇ ਅੱਜ ਵੀ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਾਏ, ਉਹਦੇ ਨਾਲ ਸਾਡੀਆਂ